113 ਗੁਰੂ ਗ੍ਰੰਥ ਸਾਹਿਬ ਦੇ ਅੰਗ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ 113 ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਔਰ ਗੁਟਕਾ ਸਾਹਿਬ ਦੇ ਵਿੱਚੋਂ ਅੰਗ ਫਾੜ ਕੇ ਸਿੱਟ ਗਏ ਸੀ ਕੰਧੇ ਨਾਲੀਆਂ ਦੇ ਵਿੱਚ। ਕੌਣ ਕਰਾ ਰਿਹਾ ਹੈ ਇਹਨਾਂ ਨੂੰ ਪਤਾ ਨਹੀਂ ਕੌਣ ਕਰਾਇਆ ਕਿਹਨੇ ਕਰਾਇਆ। ਇੱਕ ਦਾ ਅੱਧਾ ਅੱਡਾ ਇੱਥੇ ਇਹਨਾਂ ਹਾਥੀ ਉੱਡ ਗਿਆ, ਦੋ ਤਿੰਨਾਂ ਦੀ ਉਂਗਲੀਆਂ ਉੱਡ ਗਈਆਂ। ਕਿਆ ਮਖੌਲ ਬਣਾ ਰੱਖਿਆ ਤੁਸੀਂ? ਐ ਚੱਲਦੀਆਂ ਨੇ ਸਰਕਾਰਾਂ ਕਿ ਜਿੱਥੇ ਜੀ ਕਰਦਾ ਤੁਸੀਂ ਗੋਲੀ ਚਲਾਈ ਜਾਓ। 3 ਹਫ਼ਤੇ ਰਹਿ ਗਏ ਚੋਣ 'ਚ, 3 ਹਫ਼ਤੇ ਤੋਂ ਅਗਲੇ ਦਿਨ ਇਹੀ ਅਫਸਰ ਉੱਥੇ ਜਾਊਗਾ, ਇਨਵੈਸਟੀਗੇਸ਼ਨ ਸ਼ੁਰੂ ਹੋਊਗੀ ਔਰ ਫੜਕੇ ਛੱਡੂਗਾ ਇਹਨਾਂ ਨੂੰ ਜਿਹਨਾਂ ਨੇ ਇਹਨਾਂ ਨੇ ਕੀਤੀਆਂ। ਜਿਸ ਤਰੀਕੇ ਨਾਲ ਅੱਜ ਹਵਾ ਬਣ ਰਹੀ ਹੈ ਨਾ ਪੰਜਾਬ 'ਚ, ਇਹਨਾਂ ਦਾ ਮਾਂਜਾ ਫਿਰੂਗਾ, ਤੁਸੀਂ ਦੇਖਣਾ, ਤੁਹਾਡੇ ਸਾਹਮਣੇ ਹੋਊਗਾ। ਚੋਣਾਂ 'ਚ ਸਿਰਫ 3 ਹਫ਼ਤੇ ਰਹਿ ਗਏ ਨੇ। ਇਹਨਾਂ 3 ਹਫ਼ਤਿਆਂ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਪਸ ਆਏਗਾ ਅਤੇ ਬੇਅਦਬੀ ਦੋਸ਼ੀਆਂ ਨੂੰ ਫੜ ਕੇ ਲੈ ਜਾਵੇਗਾ। ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ। ਜਲੰਧਰ 'ਚ ਇੱਕ ਚੋਣ ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਟੇਜ ਤੋਂ ਐਲਾਨ ਕੀਤਾ ਕਿ ਬੇਅਦਬੀ ਦੋਸ਼ੀਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਚੋਣਾਂ ਦੇ ਇਹਨਾਂ 3 ਹਫ਼ਤਿਆਂ ਤੋਂ ਬਾਅਦ ਦੋਸ਼ੀਆਂ ਨੂੰ ਫੜਨ ਲਈ ਕੁੰਵਰ ਵਿਜੇ ਪ੍ਰਤਾਪ ਵਾਪਸ ਆਏਗਾ। ਤੋ ਇਹ ਗੱਲਾਂ ਆਪਾਂ ਨੂੰ ਸੋਚਣੀਆਂ ਚਾਹੀਦੀਆਂ ਨੇ ਕਿ ਅਸੀਂ ਕਿਸ ਨਾ ਕਿਸ ਤਰ੍ਹਾਂ ਆਪਣੇ ਬੱਚਿਆਂ ਦੀ ਨੌਕਰੀਆਂ ਵਾਸਤੇ ਉਹਦੇ ਲਈ ਸ਼ਾਂਤੀ, ਔਰ ਉਹ ਸ਼ਾਂਤੀ ਦਾ ਮਾਹੌਲ ਤਾਂ ਬਣੂਗਾ ਅਗਰ ਸਮਾਜ ਇਕੱਠਾ ਰਹੇ। ਆਹ ਨਹੀਂ ਜੋ ਬਰਗਾੜੀ ਔਰ ਬਹਿਬਲ ਕਲਾਂ ਔਰ ਕੋਟਕਪੂਰਾ ਵਿੱਚ ਤੁਸੀਂ ਫਾਇਰਿੰਗ ਇੱਥੇ ਕਰ ਦਿੰਦੀ ਔਰ ਲੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ, ਹੋਈ ਕਿਉਂ? ਕਿਉਂਕਿ ਸਾਲ ਡੇਢ ਸਾਲ ਦੇ ਵਿੱਚ 113 ਗੁਰੂ ਗ੍ਰੰਥ ਸਾਹਿਬ ਦੇ ਅੰਗ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ 113 ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਔਰ ਗੁਟਕਾ ਸਾਹਿਬ ਦੇ ਵਿੱਚੋਂ ਅੰਗ ਫਾੜ ਕੇ ਸਿੱਟ ਗਏ ਸੀ ਗੰਦੇ ਨਾਲੀਆਂ ਦੇ ਵਿੱਚ, ਟੋਬਿਆਂ ਦੇ ਵਿੱਚ, ਲੀਹਾਂ ਦੇ ਉੱਪਰ। 5 ਗੀਤਾ ਦੇ ਅੰਗ ਫਾੜੇ ਗਏ ਸੀ, 2 ਕੁਰਾਨ ਸ਼ਰੀਫ ਦੇ ਫਾੜੇ ਗਏ ਸੀ ਔਰ 1 ਬਾਈਬਲ ਦੇ, ਕ੍ਰਿਸਚੀਅਨਾਂ ਦਾ ਬਾਈਬਲ ਦੇ। ਕਿਸ ਵਾਸਤੇ? ਇਹ ਪਾਰਟੀ ਜਿਹੜੀ ਸਾਡੀ ਵਿਰੋਧਤਾ ਕਰ ਰਹੀ ਹੈ ਇਸ ਲਈ ਕਿ ਸਮਾਜ ਦੇ ਵਿੱਚ ਟੈਨਸ਼ਨ ਵਧੇ ਔਰ ਸਿੱਖ ਸਾਡੇ ਨਾਲ ਜੁੜ ਜਾਣ ਕਿ ਕੌਣ ਕਰਾ ਰਿਹਾ ਹੈ, ਕੌਣ ਕਰਾ ਰਿਹਾ ਹੈ ਇਹਨਾਂ ਨੂੰ ਪਤਾ ਨਹੀਂ ਕੌਣ ਕਰਾਇਆ ਕਿਹਨੇ ਕਰਾਇਆ। ਜਿਸ ਦਿਨ ਤੋਂ ਸਾਡੀ ਸਰਕਾਰ ਆਈ ਹੈ 1 ਐਸਾ ਵਾਕਿਆ ਨਹੀਂ ਹੋਇਆ, ਫਿਰ ਕਿਹਨੇ ਕਰਾਇਆ ਹੈ? ਬਿਠਾਇਆ ਇਹਨੇ ਇੱਕ ਜੱਜ ਜ਼ੋਰਾ ਸਿੰਘ ਨੂੰ, ਉਹਦੀ ਰਿਪੋਰਟ ਨਹੀਂ ਮੰਨੀ, ਫਿਰ ਅਸੀਂ ਬਿਠਾਇਆ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੇਸ਼ ਕੀਤੀ ਮੈਂ ਵਿਧਾਨ ਸਭਾ ਦੇ ਵਿੱਚ, ਉਹ ਵੀ ਨਹੀਂ ਮੰਨੀ। ਫਿਰ ਮੈਂ ਕਿਹਾ ਚੰਗਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ SIT ਮੈਂ ਬਿਠਾਉਣਾ, ਚੰਗੇ ਚੰਗੇ ਚੁਣ ਕੇ ਅਸੀਂ ਪੁਲਿਸ ਅਫਸਰ ਉੱਥੇ ਲਾਏ, ਉਹਨਾਂ ਦਾ ਕੰਮ ਨਹੀਂ ਚੱਲਣ ਦੇਣਾ। ਜਿਹੜਾ ਅਫਸਰ ਇਨਵੈਸਟੀਗੇਟ ਕਰ ਰਿਹਾ ਸੀ ਉਹਦੀ ਟ੍ਰਾਂਸਫਰ ਕਰ ਦਿਓ ਜੀ, ਕਿਉਂ ਟ੍ਰਾਂਸਫਰ ਕਰ ਦਿਓ? ਇਸ ਮਾਹੌਲ ਦੇ ਵਿੱਚ ਮੈਂ ਗਿਆ ਸੀ ਉੱਥੇ ਬਰਗਾੜੀ ਔਰ ਬਹਿਬਲ ਕਲਾਂ, ਜਿਸ ਦਿਨ ਗੋਲੀ ਚੱਲੀ ਉਸ ਅਗਲੇ ਸਵੇਰੇ ਉੱਥੇ ਪਹੁੰਚਿਆ। ਇੱਕ ਲੀਹਾ ਜਾਂਦਾ ਸੀ ਜਿਹੜੀ ਸੜਕ, ਇੱਕ ਆਪਣੀ ਲਿੰਕ ਰੋਡ ਔਰ ਇੱਕ ਮੇਨ ਸੜਕ ਜਾਂਦੀ ਸੀ, ਉਹ ਕੋਨੇ ਦੇ ਵਿੱਚ ਉੱਥੇ 2 ਇਕੱਠੇ ਹੋਏ ਸੀ। ਇਕੱਠੇ ਹੋ ਕੇ ਜਿਹੜੇ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਔਰ ਬਾਕੀ ਧਰਮ ਗ੍ਰੰਥਾਂ ਦੀ ਇੱਥੇ ਬੇਅਦਬੀ ਹੋਈ ਸੀ ਉਹਦੇ ਸੰਬੰਧੀ ਬਹਿ ਕੇ ਪਾਠ ਕੀਤਾ, ਕੀਰਤਨ ਕੀਤਾ ਜਾ ਰਿਹਾ ਸੀ। ਆ ਕੇ ਭੇਜਤੇ ਆਪਣੇ ਅਫਸਰ, ਆ ਕੇ ਗੋਲੀ ਮਾਰ, 2 ਬੰਦੇ ਉੱਥੇ ਹੀ ਮਾਰਤੇ, 2 ਬੰਦਿਆਂ ਦੇ ਰੀੜ੍ਹ ਦੀ ਹੱਡੀ ਦੇ ਵਿੱਚੋਂ ਗੋਲੀ ਨਿਕਲ ਗਈ, ਉਹਨਾਂ ਦਾ ਲੱਕ ਤੋਂ ਥੱਲੇ ਉਹਨਾਂ ਦੀ ਟੰਗਾਂ ਹੀ ਨਹੀਂ ਚੱਲਦੀਆਂ। 1 ਦਾ ਅੱਧਾ ਅੱਡਾ ਇੱਥੇ ਇਹਨਾਂ ਹਾਥੀ ਉੱਡ ਗਿਆ, 2 ਤਿੰਨਾਂ ਦੀ ਉਂਗਲੀਆਂ ਉੱਡ ਗਈਆਂ। ਕਿਆ ਮਖੌਲ ਬਣਾ ਰੱਖਿਆ ਤੁਸੀਂ? ਐਂ ਚੱਲਦੀਆਂ ਨੇ ਸਰਕਾਰਾਂ ਕਿ ਜਿੱਥੇ ਜੀ ਕਰਦਾ ਤੁਸੀਂ ਗੋਲੀ ਚਲਾਈ ਜਾਓ। ਔਰ ਇਹ ਜਿਹੜੀਆਂ ਗੱਲਾਂ ਨੇ ਇਸ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਕਿਉਂਕਿ 302 ਦੇ ਮੁਕੱਦਮੇ ਨੇ ਜਿਹਦੇ ਇੱਥੇ ਗੋਲੀ ਚਲਾਈ ਹੈ। ਔਰ ਉਹ ਜਦੋਂ ਅਸੀਂ ਕਰਨ ਲੱਗੇ ਪਤਾ 600 ਬੰਦਿਆਂ ਦੀ ਇੱਥੇ ਪੜਤਾਲ ਕੀਤੀ ਹੈ ਪੁਲਿਸ ਕਮਿਸ਼ਨ ਉਸ ਕਮਿਟੀ SIT ਨੇ। ਔਰ ਇਹ ਜਿਹੜੀ ਗੋਲੀ ਚੱਲੀ ਹੈ ਉਹਦੀ ਇਨਵੈਸਟੀਗੇਸ਼ਨ ਕਰਦੇ ਹੋਏ ਕਿ ਕੀ ਕੌਣ ਜ਼ਿੰਮੇਵਾਰ ਹੈ ਔਰ ਕਿੱਥੋਂ ਹੁਕਮ ਆਇਆ ਹੈ, ਉਦੋਂ ਇਹਨੂੰ ਤੁਸੀਂ ਚੱਕ ਕੇ ਪਾਸੇ ਕਰਾ ਦਿਓ। ਤੁਹਾਡਾ ਖਿਆਲ ਮੁੱਕ ਜੂ ਇੱਥੇ? 3 ਹਫ਼ਤੇ ਰਹਿ ਗਏ ਚੋਣ 'ਚ, 3 ਹਫ਼ਤੇ ਤੋਂ ਅਗਲੇ ਦਿਨ ਇਹੀ ਅਫਸਰ ਉੱਥੇ ਜਾਊਗਾ, ਇਨਵੈਸਟੀਗੇਸ਼ਨ ਸ਼ੁਰੂ ਹੋਊਗੀ ਔਰ ਫੜ ਕੇ ਛੱਡੂਗਾ ਇਹਨਾਂ ਨੂੰ ਜਿਹਨਾਂ ਨੇ ਇਹਨਾਂ ਨੇ ਕੀਤੀ ਹੈ।
ਜਿਹੜਾ ਬੰਦਾ ਸਾਡੇ ਸਮਾਜ ਨੂੰ ਤੋੜਨਾ ਚਾਹੁੰਦਾ ਹੈ, ਧਰਮਾਂ ਦੀ ਧਾਰਮਿਕ ਲੜਾਈਆਂ ਕਰਾਉਣਾ ਚਾਹੁੰਦਾ ਹੈ, ਉਹਦਾ ਕੋਈ ਇੱਥੇ ਕੰਮ ਨਹੀਂ ਹੈ, ਉਹਨੂੰ ਭੁਗਤਣਾ ਪਊਗਾ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਅਤੇ ਯੂਥ ਅਕਾਲੀ ਦਲ ਦਾ ਖੂਬ ਮਜ਼ਾਕ ਵੀ ਉਡਾਇਆ। ਕੈਪਟਨ ਮੁਤਾਬਕ ਪਿੰਡ ਪਿੰਡ ਹੋ ਰਿਹਾ ਅਕਾਲੀਆਂ ਦਾ ਵਿਰੋਧ ਅਕਾਲੀਆਂ ਨੂੰ ਉਹਨਾਂ ਦੀ ਅਸਲ ਤਸਵੀਰ ਦਿਖਾ ਰਿਹਾ ਹੈ। ਇੱਕ ਬਹੁਤ ਅਹਿਮ ਦਿਹਾੜੇ ਦੇ ਵਿੱਚੋਂ ਲੰਘ ਰਿਹਾ ਸਾਡਾ 550ਵਾਂ ਗੁਰੂ ਨਾਨਕ ਦੇਵ ਜੀ ਦਾ ਦਿਹਾੜਾ। ਅੱਜ ਕਰਤਾਰਪੁਰ ਦੀ ਗੱਲਾਂ ਤੁਸੀਂ ਸੁਣਦੇ ਹੋ, ਵਾਹਿਗੁਰੂ ਕਰੇ ਜਦੋਂ ਗੁਰਪੁਰਬ ਆਊਗਾ ਉਹ ਲਾਂਘਾ ਚਾਲੂ ਹੋ ਜੂ ਤਾਂ ਕਿ ਤੁਸੀਂ ਮੱਥਾ ਉੱਥੇ ਟੇਕ ਸਕੋ। ਪਰ ਨਾਲ ਦੀ ਨਾਲ ਇੱਥੇ ਹੀ ਸੁਲਤਾਨਪੁਰ ਲੋਧੀ ਵਿੱਚ ਵੀ ਅਸੀਂ ਕਾਫੀ ਕੁਛ ਡਿਵੈਲਪਮੈਂਟ ਕਰ ਰਹੇ ਹਾਂ, ਕਰਨੀ ਚਾਹੀਦੀ ਹੈ ਸੈਂਟਰ ਨੂੰ, ਸੈਂਟਰ ਦੀ ਸਕੀਮ ਹੈ, ਪ੍ਰਾਈਮ ਮਿਨਿਸਟਰ ਨੂੰ ਹੋਣਾ ਚਾਹੀਦਾ ਸੀ। ਐਡੇ ਵੱਡੇ ਸਾਡੇ ਮਹਾਨ ਸ਼ਖਸੀਅਤ ਜੋ ਸਾਡੇ ਸਿੱਖ ਕੌਮ ਦੇ ਨੇ, ਪੰਜਾਬ ਦੇ ਨੇ, ਸਾਰੇ ਸਿੱਖ ਕੌਮ ਦੇ ਕਿਉਂ, ਸਾਰੇ ਪੰਜਾਬ ਦੇ ਨੇ, ਸਾਰੇ ਹਿੰਦੁਸਤਾਨ ਦੇ ਨੇ, ਲੇਕਿਨ ਆਪ ਨਹੀਂ ਆ ਸਕੇ। ਉਹਨਾਂ ਨੇ ਆਪਣਾ ਹੋਮ ਮਿਨਿਸਟਰ ਦੀ ਡਿਊਟੀ ਲਾਤੀ ਔਰ ਹੋਮ ਮਿਨਿਸਟਰ ਨੇ 3 ਕੁ ਮੀਟਿੰਗਾਂ ਕੀਤੀਆਂ ਨੇ ਪਰ ਮੈਨੂੰ ਨਹੀਂ ਸੱਦਿਆ, ਆਪਣੇ ਇਹਨਾਂ ਨੂੰ ਹੀ ਸੱਦਦੇ ਨੇ ਇਹ ਜਿਹੜੇ ਨੇ ਆ ਸਾਡੇ ਮਹਾਰਥੀ ਜਿਹੜੇ ਦੂਜੀ ਪਾਰਟੀ ਦੇ, ਹਕੂਮਤ ਸਾਡੀ ਸੱਦਦੇ ਨੇ ਉਹਨੂੰ, ਉਹ ਪਤਾ ਨਹੀਂ ਕੀ ਕਰੂਗਾ ਇੱਥੇ ਬਾਦਲ, ਪਰ ਚਲੋ ਉਹ ਤਾਂ ਉਹਨਾਂ ਦੀ ਮਰਜ਼ੀ ਹੈ, ਉਹ ਆਪ ਕੰਮ ਕਰਨ। ਲੇਕਿਨ ਅੱਜ ਪਤਾ ਲੱਗ ਰਿਹਾ ਇਹਨਾਂ ਨੂੰ ਜਦੋਂ ਪਿੰਡ ਪਿੰਡ ਔਰ ਕਸਬੇ ਕਸਬੇ ਇੱਥੇ ਭੱਜੇ ਫਿਰਦੇ ਨੇ ਕਿ ਲੋਕ ਇਹਨਾਂ ਬਾਰੇ ਸਮਝਦੇ ਕੀ ਨੇ। ਅੱਜ ਦੇਖ ਲੈਣਾ ਮੇਰੇ ਵੀਰੋ, ਆਰੰਭ ਤਾਂ ਅੱਜ ਹੋਇਆ ਲੇਕਿਨ ਕੁਛ ਦਿਨਾਂ ਤੋਂ ਸਾਡੇ ਕੈਂਡੀਡੇਟ ਸਾਰੇ ਕਿਤੇ ਘੁੰਮ ਰਹੇ ਨੇ ਔਰ ਇਹ ਮੈਂ ਤੁਹਾਨੂੰ ਦੱਸ ਦਿੰਦਾ, ਵਾਹਿਗੁਰੂ ਉੱਪਰ ਹੈ ਸਾਡਾ, ਸਾਡੀ ਨਿਗਾਹ ਸਾਡੇ 'ਤੇ ਹੈ ਔਰ ਜਿਸ ਤਰੀਕੇ ਨਾਲ ਅੱਜ ਹਵਾ ਬਣ ਰਹੀ ਹੈ ਨਾ ਪੰਜਾਬ 'ਚ, ਇਹਨਾਂ ਦਾ ਮਾਂਝਾ ਫਿਰੂਗਾ, ਤੁਸੀਂ ਦੇਖਣਾ ਤੁਹਾਡੇ ਸਾਹਮਣੇ ਹੋਊਗਾ। ਇਹਨਾਂ ਨੂੰ ਪਤਾ ਲੱਗ ਜੂ ਕਿ ਲੋਕਾਂ ਦੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਲੋਕਾਂ 'ਤੇ ਗੋਲੀਆਂ ਚਲਾਉਣੀਆਂ, ਲੋਕਾਂ ਨੂੰ ਬੇਘਰ ਕਰਨਾ, ਇਹਦਾ ਮਤਲਬ ਕੀ ਹੁੰਦਾ ਹੈ। ਤਾਂ ਤੁਸੀਂ ਹੁਣ ਹੋ ਜਾਓ ਕਬਰ ਕਸੇ ਕਸੋ ਔਰ ਵਾਹਿਗੁਰੂ ਦੀ ਕਿਰਪਾ ਨਾਲ ਨਿਕਲ ਜਾਓ ਮੈਦਾਨ 'ਚ ਔਰ ਫਤਿਹ ਹੋਏ ਸਾਡੀ, ਤਾਂ ਕਿ ਪੰਜਾਬ ਆਪਣੇ ਜਿੰਨੇ MP 13 ਦੇ 13 ਭੇਜੇ ਅਸੀਂ ਪੰਜਾਬ ਉੱਥੇ ਦਿੱਲੀ ਦੇ ਵਿੱਚ, ਤਾਂ ਕਿ ਸਾਡੀ ਹਕੂਮਤ ਬਣੇ ਉੱਥੇ ਔਰ ਉਸ ਹਕੂਮਤ ਨਾਲ ਅਸੀਂ ਇਸ ਦੇਸ਼ ਦਾ ਕੁਝ ਭਵਿੱਖ ਬਣਾ ਸਕੀਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਥਿਤ ਫੌਜ ਦੇ ਨਾਂ ਤੇ ਮੰਗੀਆਂ ਜਾ ਰਹੀਆਂ ਵੋਟਾਂ ਤੇ ਵੀ ਕੈਪਟਨ ਨੇ ਤਿੱਖਾ ਸ਼ਬਦੀ ਹਮਲਾ ਕੀਤਾ। ਇਸ ਦੌਰਾਨ ਕੈਪਟਨ ਨੇ ਨਰਿੰਦਰ ਮੋਦੀ ਦੀਆਂ ਨਕਲਾਂ ਵੀ ਉਤਾਰੀਆਂ ਕਿ ਮੋਦੀ ਬੈਠੇ ਔਰ ਰੋਜ਼ ਆਪਾਂ ਮੋਦੀ ਦੀ ਤਸਵੀਰਾਂ ਤਾਂ ਟੈਲੀਵਿਜ਼ਨ ਦੇ ਉਈ ਦੇ ਜਾਂਦੀਆਂ ਨੇ ਕਿਉਂਕਿ ਇਹ ਟੈਲੀਵਿਜ਼ਨ ਨੇ ਦੂਰਦਰਸ਼ਨ ਤਾਂ ਹੈ ਹੀ ਉਹਨਾਂ ਦਾ, ਹੋਰ ਪਤਾ ਨਹੀਂ ਇਹਨਾਂ ਦੇ ਜਿਹੜੇ ਇਹ ਤਾਂ ਵਿਚਾਰੇ ਸਾਡੇ ਉਰੇ ਉਰੇ ਕੈਮਰੇ ਵਾਲੇ ਨੇ, ਪਰ ਜਿਹੜੇ ਇਹਨਾਂ ਦੇ ਵੱਡੇ ਵੱਡੇ ਨੇ ਕਿ ਕੀ ਕੌਣ ਕਿਹਦੇ ਨਾਲ ਮਿਲਿਆ ਹੋਇਆ ਇੱਥੇ ਇਹ ਵੀ ਨਹੀਂ ਪਤਾ। ਲੇਕਿਨ ਇੱਕ ਗੱਲ ਮੈਂ ਦੱਸਦਾ ਤੁਹਾਨੂੰ, ਜਿੰਨੇ ਮਰਜ਼ੀ ਕੈਮਰੇ ਲਿਆਉਣ, ਜਿੰਨੇ ਮਰਜ਼ੀ ਅਖਬਾਰਾਂ ਨੂੰ ਲੈ ਲੈਣ, ਤੁਸੀਂ ਦੇਖ ਲੈਣਾ ਸੋਸ਼ਲ ਮੀਡੀਆ ਰਾਹੀਂ ਔਰ ਐਸੇ ਹੀ ਲੋਕਾਂ ਦੇ ਮਨ 'ਚ ਕੁਛ ਵਲਵਲਾ ਉੱਠਿਆ, ਕੁਛ ਆਵਾਜ਼ ਉੱਠੀ ਹੈ ਕਿ ਜਿਹੜੇ ਇਹ ਲੋਕਾਂ ਦੀ ਕੁਰਬਾਨੀ ਨੂੰ ਵਰਤਣਾ ਚਾਹੁੰਦੇ ਨੇ, ਪੁਲਵਾਮਾ ਵਰਗੀ ਜਾਂ ਬਾਲਾਕੋਟ ਵਰਗੀ, ਉਹ ਤਾਂ ਫੌਜੀ ਦਾ ਕੰਮ ਸੀ। ਮੈਂ ਵੀ ਫੌਜ 'ਚ ਰਿਹਾ, ਮੈਂ ਵੀ ਕਸ਼ਮੀਰ ਰਿਹਾ, ਮੈਂ ਵੀ ਚੀਨ ਦੇ ਬਾਰਡਰ 'ਤੇ ਰਿਹਾ, ਇਹ ਮੇਰਾ ਕੰਮ ਸੀ, ਮੇਰੀ ਡਿਊਟੀ ਸੀ, ਮੈਂ ਇੱਕ ਕਦਮ ਚੱਕਿਆ ਫੌਜ ਦੇ ਵਿੱਚ ਸ਼ਾਮਿਲ ਹੋਣ ਦਾ। ਅਤੇ ਜਿਹੜੇ ਵਿੰਗ ਕਮਾਂਡਰ ਨੇ ਆਪਣੀ ਡਿਊਟੀ ਕੀਤੀ ਹੈ, ਉਹਨੇ ਡਿਊਟੀ ਕੀਤੀ ਹੈ। ਜਿਹੜੇ 4 ਫੌਜੀ ਰੋਜ਼ ਜਾਂ CRP ਦੇ ਜਵਾਨ ਜਾਂ ਸਾਡੇ ਆਪਣੇ ਫੌਜ ਦੇ ਜਵਾਨ ਉੱਥੇ ਮਰਦੇ ਨੇ, ਉਹ ਰੋਜ਼ ਹੀ ਮਰਦੇ ਨੇ, ਡਿਊਟੀ ਕਰਦੇ ਨੇ ਆਪਣੀ, ਪਰ ਉਹਨਾਂ ਦੀ ਕੁਰਬਾਨੀ ਤੁਸੀਂ ਉਸ ਦਾ ਕੋਈ ਸਿਆਸੀ ਫਾਇਦਾ ਉਠਾਓ, ਇਹ ਬਿਲਕੁਲ ਗਲਤ ਬਾਤ ਹੈ। ਇਹ ਹਿੰਦੁਸਤਾਨ ਦੀ ਫੌਜ ਹੈ, ਇਹ ਹਿੰਦੁਸਤਾਨ ਦੇ ਲੋਕਾਂ ਦੀ ਫੌਜ ਹੈ, ਕੋਈ ਮੋਦੀ ਦੀ ਫੌਜ ਨਹੀਂ ਹੈ ਕਿ ਮੋਦੀ ਦੀ ਫੌਜ ਬਣ ਕੇ ਤੁਸੀਂ ਇਸ ਕੰਮ ਨੂੰ ਕਰਾਈ ਚੱਲੋ। ਔਰ ਇਸਦਾ ਵਰਕ ਰੋਜ਼ ਬੋਲੀ ਜਾਂਦਾ, ਕੱਲ੍ਹ ਫਿਰ ਬੋਲਿਆ ਸੀ, ਉਹਦੇ ਚਿਹਰਾ ਦੇਖ ਕੇ ਮੈਨੂੰ ਔਖ ਆ ਗਈ ਸੀ ਕਿ ਇਹ ਭਾਈਓ ਔਰ ਬਹਿਨੋ, ਬਾਲਾਕੋਟ ਕੀ ਯਾਦ ਮੈਂ ਪਹਿਲੀ ਆਪਣੀ ਵੋਟ ਉੱਧਰ ਡਾਲਣਾ, ਤੈਨੂੰ ਕਿਹਨੇ ਕਿਹਾ ਭਾਈ ਇਹ ਕੰਮ ਕਰਨ ਨੂੰ? ਇਸ ਕਿਸਮ ਦਾ ਜਿਹੜਾ ਕੰਮ ਹੈ ਨਾ, ਖੂਨ ਉਬਲਦਾ ਹੈ ਜਦੋਂ ਤੁਸੀਂ ਇਹ ਕੁਰਬਾਨੀਆਂ ਆਪਣੇ ਆਪ ਤੁਸੀਂ ਉਸ ਨੂੰ ਵਰਤਣ ਲੱਗ ਜਾਓ ਆਪਣੇ ਸਿਆਸਤ ਵਾਸਤੇ। ਇਹ ਤੁਸੀਂ ਵੀ ਯਾਦ ਰੱਖਣਾ, ਆਪਣੇ ਬੱਚੇ ਨੇ ਉੱਥੇ ਫੌਜ 'ਚ,
ਕਿਸੇ ਦਾ ਵੀਰ ਹੈ, ਕਿਸੇ ਦਾ ਬੱਚਾ ਹੈ, ਕਿਸੇ ਦਾ ਭਾਈ ਹੈ, ਕਿਸੇ ਦਾ ਹੋਰ ਰਿਸ਼ਤੇਦਾਰ ਹੈ, ਉਹਨਾਂ ਦੀ ਯਾਦ ਵਾਸਤੇ ਕੋਈ ਨਹੀਂ ਵੱਧ ਸਕਦਾ। ਇਹ ਆਪਣੀ ਡਿਊਟੀ ਕਰਦੇ ਨੇ ਆਪਣੇ ਦੇਸ਼ ਪ੍ਰਤੀ, ਔਰ ਫਿਰ ਸ਼ਹਾਦਤ ਜਿੱਥੇ ਦਿੰਦੇ ਨੇ ਉਹ ਦਿੰਦੇ ਨੇ ਆਪਣੇ ਦੇਸ਼ ਵਾਸਤੇ। ਔਰ ਮੈਂ ਆਸ ਕਰਦਾ ਕਿ ਉਹ ਸਾਰੀਆਂ ਜਿਹੜੀਆਂ ਕੁਰਬਾਨੀਆਂ ਹੋਈਆਂ ਨੇ ਸਾਡੇ ਬਾਰਡਰ 'ਤੇ ਜਾਂ ਜਿੱਥੇ ਵੀ, ਵਾਹਿਗੁਰੂ ਆਪਣੇ ਚਰਨਾਂ 'ਚ ਉਹਨਾਂ ਨੂੰ ਨਵਾਜਣ। ਔਰ ਤੁਸੀਂ ਸਾਰੇ ਅਗਰ ਆਪਾਂ ਸੱਚੇ ਤੌਰ 'ਤੇ ਇਹਨਾਂ ਨੂੰ ਆਪਾਂ ਦੇਖਣਾ ਚਾਹੁੰਦੇ ਹਾਂ ਕਿ ਜੋ ਇਹਨਾਂ ਦੀ ਨੀਤੀਆਂ ਨੇ ਗਲਤ ਨੇ, ਇਹ ਸਮੇਂ ਆ ਗਿਆ। ਔਰ ਤੁਸੀਂ ਹੁਣ ਡਟ ਜਾਓ, ਜੈਸੇ ਮੈਨੇ ਕਿਹਾ, ਕਮਰ ਕਾਸੇ ਕਸ ਲਓ ਔਰ ਵਾਹਿਗੁਰੂ ਦੀ ਕਿਰਪਾ ਨਾਲ ਤੁਰ ਪਓ। ਔਰ ਮੈਨੂੰ ਕੋਈ ਸ਼ੱਕ ਨਹੀਂ ਕਿ ਤਗੜੇ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਇੱਥੇ ਜਿੱਤ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਅਕਾਲੀ ਦਲ ਵੱਲੋਂ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੇ SIT ਮੈਂਬਰ ਕੁਵਰ ਵਿਜੇ ਪ੍ਰਤਾਪ ਸਿੰਘ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕੀਤੀ ਗਈ ਸੀ। ਸ਼ਿਕਾਇਤ ਸੀ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਦੀ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜਿਸ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਨੇ IG ਕੁਵਰ ਵਿਜੇ ਪ੍ਰਤਾਪ ਸਿੰਘ ਦਾ ਚੋਣਾਂ ਨੇਪਰੇ ਹੋਣ ਤੱਕ ਤਬਾਦਲਾ ਕਰ ਦਿੱਤਾ ਸੀ। ਪਰ ਹੁਣ ਮੁੱਖ ਮੰਤਰੀ ਵੱਲੋਂ ਦਿੱਤੇ ਕੁਵਰ ਵਿਜੇ ਪ੍ਰਤਾਪ ਦੀ ਵਾਪਸੀ ਦੇ ਬਿਆਨ ਨਾਲ ਅਕਾਲੀ ਦਲ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।